ਆ ਲਾਲ ਬਟਨ ਤੋਂ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਜ਼ਰੂਰ ਦਬਾ ਦਿਓ ਤਾਂ ਜੋ ਦੁਨੀਆ ਦੀ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਭ ਤੋਂ ਪਹਿਲਾਂ ਤੁਹਾਡਾ ਦੇਸੀ ਤੜਕੇ ਜੀ ਬਹੁਤ ਬਹੁਤ ਸਵਾਗਤ ਹੈ। ਜਿੱਦਾਂ ਕਿ ਤੁਹਾਨੂੰ ਪਤਾ ਫੇਸਬੁੱਕ ਯੂਟਿਊਬ ਤੇ ਬਹੁਤ ਹੀ ਭਾਰੀ ਮੁੱਦਾ ਗਰਮ ਹੋਇਆ। ਇੱਕ ਨਾਮੀ ਸਿੰਗਰ ਬਲਰਾਜ ਨੇ ਡਾਇਰੈਕਟਰ ਵੱਡੇ ਡਾਇਰੈਕਟਰ ਪਰਮੀਸ਼ ਸ਼ਰਮੇ ਬਾਰੇ ਕੁਝ ਗਲਤ ਬੋਲਿਆ। ਆਓ ਪਹਿਲਾਂ ਸਭ ਤੋਂ ਪਹਿਲਾਂ ਉਸ ਵੀਡੀਓ ਸੁਣਦੇ ਹਾਂ। ਜੀ ਗੁਰੀ ਭਾਜੀ ਦਾ ਮਿਊਜ਼ਿਕ ਤੇ ਟਰੂ ਮੇਕਰਸ ਵੀਡੀਓ ਡਾਇਰੈਕਟਰ, ਕਿਆ ਬਾਤ ਹੈ, ਕਿਆ ਬਾਤ ਭਾਈ। ਇੱਕ ਗੱਲ ਹੋਰ ਦੱਸਦਾ ਤੁਹਾਨੂੰ, ਇਹ ਗਾਣਾ ਵੈਸੇ ਤਾਂ ਹੁਣ ਚਲੋ ਮੈਂ ਅੱਜ ਬੀਟ ਦੇ ਪੇਜ ਤੋਂ ਹਾਂ। ਇਹ ਗਾਣਾ ਇੱਕ ਬਹੁਤ ਹੀ ਅਸੀਂ ਜਦੋਂ ਇਹ ਗਾਣਾ ਬਣਾਇਆ ਸੀ ਨਾ, ਅਸੀਂ ਇਹਦਾ ਵੀਡੀਓ ਇੱਕ ਬਹੁਤ ਵੱਡਾ ਆਪਣੇ ਆਪ ਨੂੰ ਵੀਡੀਓ ਡਾਇਰੈਕਟਰ ਸਮਝਦਾ। ਖੈਰ ਨਾ ਤੇ ਚਲੋ ਮੈਂ ਦੱਸ ਹੀ ਦਿੰਦਾ, ਆਪਣੇ ਆਪ ਨੂੰ ਤਾਂ ਵੈਸੇ ਬਹੁਤ ਵੱਡਾ ਸਮਝਦਾ ਪਰ ਉਹ ਹੈ ਨਹੀਂ ਵੱਡਾ। ਨਾ ਉਹਦਾ ਪਰਮੇਸ਼ ਵਰਮਾ, ਅਸੀਂ ਉਹਨੂੰ ਵੀਡੀਓ ਦਿੱਤਾ, ਉਸ ਬੰਦੇ ਨੇ ਬਹੁਤ ਸਾਨੂੰ ਜ਼ਿਆਦਾ ਖਰਾਬ ਕੀਤਾ। ਮੈਨੂੰ ਲੱਗਦਾ ਕਿ ਥੈਂਕਸ ਟਰੂ ਮੇਕਰ ਦਾ ਕਿ ਉਹਨਾਂ ਨੇ ਇੰਨਾ ਵਧੀਆ ਵੀਡੀਓ ਬਣਾਇਆ। ਜੇ ਸ਼ਾਇਦ ਉਹ ਵੀਡੀਓ ਕਰਦਾ ਇਹ ਗਾਣੇ ਦਾ ਵੀਡੀਓ ਇੰਨਾ ਵਧੀਆ ਨਹੀਂ ਸੀ ਬਣਨਾ, ਕਿਉਂਕਿ ਉਹਨੇ ਪਿੰਡ 'ਤੇ ਕੁਛ ਹੋਰ ਹੀ ਕਰਨਾ ਸੀ। ਚਲੋ ਖੈਰ ਜੋ ਰੱਬ ਕਰਦਾ ਚੰਗਾ ਕਰਦਾ, ਪਰ ਮੈਂ ਤਾਂ ਇਹ ਕਹੂੰਗਾ ਕੋਈ ਵੀ ਬੰਦਾ ਉਹ ਤੋਂ ਵੀਡੀਓ ਨਾ ਬਣਾਇਓ ਉਹਦੇ ਜਿੰਨਾ। ਅਤੇ ਵੀਰੂ ਬਲਰਾਜ ਨੇ ਕਿੱਦਾਂ ਸਾਫ਼ ਸਾਫ਼ ਬੋਲਿਆ, ਪਰਮੇਸ਼ ਵਰਮਾ ਘਟੀਆ ਬੰਦਾ, ਪਰਮੇਸ਼ ਵਰਮਾ ਜੇ ਵੋ, ਪਰਮੇਸ਼ ਵਰਮਾ ਤੋਂ ਵੀਡੀਓ ਬਣਵਾਉਣੀ ਸੀ ਪਰ ਉਸਨੇ ਫੋਨ ਨਹੀਂ ਚੱਕਿਆ। ਪਰ ਇਸ ਦੇ ਪਿੱਛੇ ਵੀਰੋ ਸੱਚਾਈ ਹੋਰ ਹੈ, ਆਪਾਂ ਤੁਹਾਨੂੰ ਸੱਚਾਈ ਬਾਰੇ ਦੱਸਦੇ ਹਾਂ ਵੀ ਗੱਲ ਇੱਦਾਂ ਹੈ। ਹੁਣ ਬਲਰਾਜ ਦਾ ਸੌਂਗ ਆਇਆ ਸੀ ਅਤੇ ਸੌਂਗ ਦਾ ਤਾਂ ਰਿਸਪੋਂਸ ਚਲੋ ਇੱਦਾਂ ਦਾ ਹੀ ਮਿਲਿਆ ਉਹਨਾਂ ਨੂੰ, ਅਤੇ ਮੁੱਖ ਦੀ ਗੱਲ ਇਹ ਹੈ ਕਿ ਬਲਰਾਜ ਨੇ ਸਿਰਫ ਪਬਲਿਸਿਟੀ ਸਟੰਟ ਖੇਲਿਆ। ਪਬਲਿਸਿਟੀ ਸਟੰਟ ਮਤਲਬ ਕਿ ਉਹਦੇ ਨਾਲ ਪਰਮੇਸ਼ਵਰ ਦਾ ਨਾਮ ਯੂਜ਼ ਕਰ ਕਰਕੇ ਆਪਣਾ ਆਪਣੀ ਵੀਡੀਓਜ਼ 'ਤੇ ਵਿਊਜ਼ ਲੈਣ ਵਾਸਤੇ ਸਿਰਫ ਕੰਟਰੋਵਰਸੀਅਲ ਇਸ਼ੂ ਬਣਾਇਆ ਇਹ, ਹੋਰ ਕੋਈ ਮੁੱਦਾ ਨਹੀਂ ਹੈ ਅਤੇ ਕੋਈ ਵੀਡੀਓ ਵਗੈਰਾ ਦੀ ਗੱਲ ਨਹੀਂ ਹੋਈ। ਇਹ ਸਿਰਫ ਪਰਮੇਸ਼ਵਰ ਦਾ ਨਾਮ ਯੂਜ਼ ਕਰਕੇ ਮਸ਼ਹੂਰ ਹੋਣ ਦਾ ਕੋਸ਼ਿਸ਼ ਕਰ ਰਿਹਾ, ਅਤੇ ਬਾਕੀ ਹੁਣ ਦੇਖਦੇ ਹਾਂ ਕਿ ਬਲਰਾਜ ਸਿੰਘ ਜੀ ਇਸ ਬਾਰੇ ਕੀ ਵਿਚਾਰ ਦਿੰਦੇ ਨੇ। ਸੋ ਜਲਦੀ ਮਿਲਾਂਗੇ ਹੋਰ ਨਵੇਂ ਅਪਡੇਟਸ ਨਾਲ, ਧੰਨਵਾਦ।